ਗੁਰੂ ਕਿਰਪਾ ਹੋਈ ਹੈ। ਔਰ ਮੈਂ ਛਾਤੀ ਠੋਕ ਕੇ ਇੱਕ ਗੱਲ ਕਹਿਣਾ ਜਿਹੜੀ ਗੁਰੂ ਸਾਹਿਬ ਨੇ ਕਹੀ ਸੀ, ਗੁਰੂ ਸਾਹਿਬ ਕਿਹਾ ਕਿ ਐਸਾ ਕੋਈ ਅੱਖਰ ਨਹੀਂ ਜਿਹੜਾ ਸ਼ਬਦ ਨਾ ਬਣ ਸਕੇ, ਇਹੋ ਜਿਹਾ ਕੋਈ ਪੌਦਾ ਬਨਸਪਤੀ ਨਹੀਂ ਜਿਹੜੀ ਦਵਾਈ ਨਾ ਬਣ ਸਕੇ, ਔਸ਼ਧੀ ਨਾ ਬਣ ਸਕੇ, ਤੇ ਇਹੋ ਜਿਹਾ ਕੋਈ ਪੰਜਾਬੀ ਕਾਂਗਰਸ ਦਾ ਵਰਕਰ ਨਹੀਂ ਜਿਹੜਾ ਯਥਾ ਯੋਗ ਥਾਂ ਤੇ ਸਨਮਾਨਿਤ ਤਰ੍ਹਾਂ ਸਨਮਾਨਿਤ ਹੋ ਕੇ ਪੰਜਾਬ ਦੀ ਉਸਾਰੀ ਦੇ ਵਿੱਚ ਯੋਗਦਾਨ ਨਾ ਪਾ ਸਕੇ। ਇਹ ਗੁਰੂਆਂ ਦੀ ਬਾਣੀ ਸਾਨੂੰ ਤਾਰੂ, ਇਹ ਗੁਰੂਆਂ ਦੀ ਬਾਣੀ। ਇਸੇ ਕਰਕੇ ਅੱਜ ਜਦੋਂ ਅਸੀਂ ਫਖਰ ਤੋਂ, ਮਹਾਰਾਜਾ ਰਣਜੀਤ ਸਿੰਘ ਦਾ ਰਾਜ ਜਿਹਦੇ ਤੇ ਫਖਰ ਹੈ, ਅੱਜ ਫਖਰ ਤੋਂ ਜਿਹਦੇ ਫਿਕਰ ਤੇ ਆ ਗਏ ਜਦ, ਤੇ ਜੇ ਫਿਕਰ ਤੋਂ ਫਖਰ ਵੱਲ ਜਾਣਾ ਨਾ, ਪੰਜਾਬ ਪੱਬੀ ਭਾਰ ਖੜਾ ਕਰਨਾ ਤੇ ਸਾਫਾ ਉੱਚਾ ਕਰਨਾ ਹਰ ਪੰਜਾਬੀ ਦਾ, ਇੱਜ਼ਤੀ ਰੋਟੀ ਹਰ ਪੰਜਾਬੀ ਨੂੰ ਦੇਣੀ ਹੈ, ਤੇ ਫਿਕਰ ਤੋਂ ਫਖਰ ਦਾ ਰਸਤਾ ਗੁਰੂਆਂ ਦੀ ਬਾਣੀ ਦੇ ਰਾਹੀਂ ਹੀ ਜਾਊਗਾ, ਗੁਰੂ ਦੀ ਬਾਣੀ ਦੇ ਰਾਹੀਂ ਹੀ ਜਾਊਗਾ। ਮਨੂ ਸਾਡੀ ਦਾਤਰੀ, ਅਸੀਂ ਮਨੂ ਦੇ ਸੋਏ, ਜਿਉਂ ਜਿਉਂ ਮਨੂ ਵੱਧਦਾ ਅਸੀਂ ਦੂਰ ਸਵਾਲੇ ਹੋਏ। ਸਿੱਖ ਕੌਮ ਚੁਕੀ ਨਹੀਂ ਪੰਜਾਬੀਆਂ ਦੀ, ਇਹ ਸ਼ੇਰਾਂ ਦੀ ਕੌਮ ਦਬੀ ਨਹੀਂ, ਇਹ ਹਮੇਸ਼ਾ ਜ਼ੁਲਮ ਦੇ ਖਿਲਾਫ ਲੜੀ ਹੈ, ਇਹ ਹਮੇਸ਼ਾ ਵਿਤਕਰੇ ਦੇ ਖਿਲਾਫ ਲੜੀ ਹੈ, ਇਹ ਹਮੇਸ਼ਾ ਮਨੁੱਖੀ ਹੱਕਾਂ ਦੇ ਲਈ ਲੜੀ ਹੈ। ਗੁਰੂ ਤੇਗ ਬਹਾਦਰ ਸਾਹਿਬ ਨਾਲੋਂ ਵੱਡਾ ਇਸ ਦੁਨੀਆਂ 'ਚ ਕੋਈ ਉਦਾਹਰਣ ਨਹੀਂ ਮਨੁੱਖੀ ਅਧਿਕਾਰਾਂ ਦੇ ਲਈ। ਸਭ ਕੁਛ ਵਾਰਤਾ ਦਸ਼ਮੇਸ਼ ਪਿਤਾ ਦਰਬਾਰ ਸਾਹਿਬ ਚੌਵਰਨਾ ਨਹੀਂ ਖੁੱਲ੍ਹਾ, ਜਾਤ ਪਾਤ ਮਿਟਾਈ, ਊਚ ਨੀਚ ਮਿਟਾਈ, ਔਰ ਕਿਆ ਮਾਨਸ ਕੀ ਜਾਤ ਸਭ ਏਕ ਹੈ ਪਹਿਚਾਨ ਬੋ, ਨੀਲਾ ਸਮੁੰਦਰ ਬਣਾਈਏ। ਅੱਜ ਲਾਲ ਸਮੁੰਦਰ 'ਚ ਇੱਕ ਦੂਜੇ ਨੂੰ ਵੱਢਣ ਟੁੱਕਣ ਲੱਗੇ ਆ, ਉਹ ਉੱਥੇ ਜਾਈ ਨਾ, ਉੱਥੇ ਸੁਣੀ ਨਾ, ਪਤਾ ਨਹੀਂ ਕਿਉਂ ਢਿੱਡ ਪੀੜ ਹੁੰਦੀ ਹੈ ਭਾਈ, ਮੈਨੂੰ ਤਾਂ ਸਮਝ ਨਹੀਂ ਆਈ ਗੱਲ। ਈਰਖਾ ਨਾਲ ਸਾਰੇ ਲਾਲ ਸਮੁੰਦਰ ਦੇ ਵਿੱਚ ਤੈਰ ਰਹੇ, ਇੱਕ ਦੂਜੇ ਨੂੰ ਵੱਢ ਰਿਹਾ, ਖੂਨ ਨਾਲ ਲਿਪ ਰਿਹਾ ਸਮੁੰਦਰ, ਉਹ ਨੀਲਾ ਸਮੁੰਦਰ ਬਣਾਓ, ਹਰੇਕ ਦੇ ਤੈਰਨ ਦੀ ਥਾਂ ਬਣਾਓ। ਮੈਂ ਜਿਹੜੇ ਲੋਕ ਮੇਰਾ ਵਿਰੋਧ ਕਰਦੇ ਆ, ਵਿਰੋਧ ਅੱਜ ਸਭ ਤੋਂ ਵੱਡਾ ਵਿਕਾਸ ਹੈ। ਅੰਬ ਦੇ ਹੀ ਰੋੜੇ ਲੱਗਦੇ ਆ, ਨਿੰਮ ਦੇ ਤਾਂ ਕੋਈ ਰੋੜੇ ਨਹੀਂ ਮਾਰਦਾ, ਮੇਰੇ ਕੁੱਤੇ ਤੇ ਲੱਤ ਮਾਰਦਾ ਕੋਈ, ਦੱਸੋ ਬੋਲੇ ਸੋ ਨਿਹਾਲ। ਵਿਰੋਧ ਅੱਜ ਸਭ ਤੋਂ ਵੱਡਾ ਵਿਕਾਸ ਹੈ। ਮੈਂ ਕਹਿੰਦਾ ਕਿ ਅਸੀਂ ਗੁਰੂ ਸਾਹਿਬਾਨਾਂ ਦੀ ਇਸ ਪਾਰਟੀ ਦੀ ਵਿਚਾਰਧਾਰਾ ਨਾਲ ਜੁੜੇ ਹੋਏ ਹਾਂ, ਅੱਡ ਅੱਡ ਸਾਡੀਆਂ ਭਾਸ਼ਾਵਾਂ, ਅੱਡ ਅੱਡ ਸਾਡੀਆਂ ਸੌਤਾਂ, ਅੱਡ ਅੱਡ ਸਾਡਾ ਕਲਚਰ, ਅੱਡ ਅੱਡ ਸਾਡਾ ਖਾਣ ਪਾਣ। ਮੈਂ ਤੁਸੀਂ ਸਾਊਥ ਇੰਡੀਆ ਚਲੇ ਗਏ ਜਵਾਬ ਨਹੀਂ ਸਮਝ ਆਉਂਦੀ, ਪਰ ਸਾਡੀ ਇਸ ਅਨੇਕਤਾ ਦੇ ਵਿੱਚ ਏਕਤਾ ਹੈ, ਔਰ ਉਸ ਏਕਤਾ ਨੂੰ ਭੰਗ ਨਹੀਂ ਹੋਣ ਦਿਆਂਗੇ। ਮਾਨਸ ਕੀ ਜਾਤ ਸਭ ਏਕ ਹੈ ਪਹਿਚਾਨ ਬੋ ਨੂੰ ਕਦੇ ਡਿੱਗਣ ਨਹੀਂ ਦਿਆਂਗੇ। ਇਹ ਪਰਿਵਾਰ ਦੀ ਏਕਤਾ ਸਿਰਜੀ ਹੈ। ਜਦੋਂ ਗੁਰੂ ਸਾਹਿਬ ਚਮਕੌਰ ਦੀ ਗੜੀ ਚੋਂ ਨਿਕਲੇ, ਆਪੇ ਗੁਰਚੇਲਾ, ਵਾਹੋ ਵਾਹੋ ਗੁਰੂ ਗੋਬਿੰਦ ਸਿੰਘ, ਆਪੇ ਗੁਰਚੇਲਾ ਜਦੋਂ ਨਿਕਲੇ ਤੇ ਭਾਈ ਸਾਹਿਬ ਨੇ ਕਮਰ ਕਸਾ ਖੋਲਿਆ। ਸਾਹਿਬਜ਼ਾਦਾ ਅਜੀਤ ਸਿੰਘ ਜੀ ਦੀ ਪਵਿੱਤਰ ਦੇਹੀ ਤੇ ਜਦੋਂ ਕਮਰ ਕਸਾ ਖੋਲ ਕੇ ਪਾਉਣ ਲੱਗੇ ਤੇ ਗੁਰੂ ਸਾਹਿਬ ਨੇ ਕਿਹਾ, ਭਾਈ ਸਾਹਿਬ ਇਹ 40 ਵੀ ਮੇਰੇ ਪੁੱਤਰ ਹੀ ਨੇ, ਜੇ ਤੇਰੇ ਕੋਲ 40 ਹੋਰ ਕੱਪੜੇ ਹਨ ਤਾਂ ਪਾਈ, ਨਹੀਂ ਤਾਂ ਨਾ ਪਾਈ। ਇਹ ਉਸ ਪਰਿਵਾਰ ਦਾ ਪ੍ਰਮਾਣ ਹੈ। ਬਾਬੇ ਨਾਨਕ ਨੇ ਹੱਥ ਖਰਾਬ ਨਹੀਂ ਦਿਖਾਈ ਦਿੱਤੀ, ਉਹ ਭਾਈ ਲਾਲੋ ਦੇ ਖੜੇ ਉੱਥੇ ਦੁੱਧ ਚੋਂ, ਉੱਥੇ ਰੋਟੀ ਚੋਂ ਦੁੱਧ ਕੱਢਿਆ, ਹੱਥ ਖਰਾਬ ਦੀ। ਅੱਜ ਕੱਲ੍ਹ ਕਿਹੜਾ ਖੜਨਾ ਹੱਥ ਖਰਾਬ, ਜਿੱਥੇ ਲੱਖ ਲੱਭਣਾ ਮਲਕ ਭਾਬੋ ਤੇ ਜਾ ਕੇ ਆਇਆ, ਗੋਡੇ ਗੋਡਾ ਸਿਸਟਮ ਦੇ ਗੁਲਾਮ ਬਣੇ। ਉਹ ਮੈਂ ਫਲਾਣੇ ਪੋਲੀਟੀਸ਼ੀਅਨ ਦੇ ਨਾਲ ਖੜੂ, ਉਹ ਮੈਂ ਫਲਾਣੇ ਲੀਡਰ ਦੇ ਨਾਲ ਖੜੂ, ਉਹ ਵਰਤ ਮਾਰ ਕੇ ਮੇਰਾ ਕੰਮ ਕਰਾ ਦੂ। ਰਾਜਨੀਤੀ ਗੁਲਾਮੀ ਨਾਲ ਨਹੀਂ ਚੱਲਦੀ, ਨੀਤੀਆਂ ਨਾਲ ਚੱਲਦੀਆਂ, ਨੀਤੀਆਂ ਨਾਲ ਬਣਾਈ ਆ ਕੋਈ ਨੀਤੀ, ਬਣਾਈ ਆ ਕੋਈ ਕੌਮ ਨੂੰ ਸਰਨ ਦੀ ਨੀਤੀ, ਕੌਮ ਨੂੰ ਖੜਾ ਕਰਨ ਦੀ ਨੀਤੀ। ਤੇ ਮੈਨੂੰ ਦੱਸਣ ਜਿਹੜੇ ਬਦਲ ਆਏ ਸੀ, ਜਿਹੜੇ ਬਦਲਾਅ ਲੈ ਕੇ ਆਏ ਸੀ,
ਉਹਦਾ ਪਤੰਦਰ ਲੱਭੀ ਨਹੀਂ, ਉਹਦਾ 250 ਗੱਡੀ ਲੈ ਕੇ ਐ ਭਵੀਰੀਆਂ ਨੂੰ ਫਿਰਦੇ ਆ। ਉਦੋਂ ਕਹਿੰਦੇ ਜਿਹੜੇ ਯਾਰ ਨੂੰ ਦੱਬਣ ਨੂੰ ਫਿਰਦੇ ਆ, ਯਾਰ ਤਾਂ ਦੱਬ ਗਿਆ ਠੇਕੇਦਾਰਾਂ ਦੇ ਥੱਲੇ, ਯਾਰ ਤਾਂ ਦੱਬ ਗਿਆ ਚੋਰੀ ਦੇ ਥੱਲੇ, ਯਾਰ ਤਾਂ ਜਵਾਬ ਨਹੀਂ ਦਿੰਦਾ। ਸਾਡੀ ਕੌਮ ਉਦੋਂ ਤੱਕ ਨਹੀਂ ਉੱਠ ਸਕਦੀ ਜਿਹਦੀ ਕੋਠੀ ਦਾਣੇ ਭਰਾਵੋ ਉਹਦੇ ਕਮਲੇ ਵੀ ਸਿਆਣੇ। ਸਾਡੀ ਕੌਮ ਪੰਜਾਬੀ ਉਦੋਂ ਤੱਕ ਉੱਠ ਨਹੀਂ ਸਕਦੇ ਜਦੋਂ ਤੱਕ ਸਾਡੀ ਆਰਥਿਕਤਾ ਨਹੀਂ ਬਣਦੀ, ਜਦੋਂ ਤੱਕ ਪੰਜਾਬ ਨੂੰ ਇੱਜ਼ਤ ਦੀ ਰੋਟੀ ਨਹੀਂ ਮਿਲਦੀ, ਜਦੋਂ ਤੱਕ ਕਿਸਾਨੀ ਖੜੀ ਨਹੀਂ ਹੁੰਦੀ। ਅੱਧਾ ਘੰਟਾ ਮੇਰੀ ਗੱਲ ਸੁਣ ਲੈਣਾ ਤੇ ਉਦੋਂ ਬਾਅਦ ਜਦੋਂ ਜਾਓਗੇ ਜੇ 5000 ਹੈ ਤਾਂ 50,000 ਨੂੰ ਸੁਣਾਓ ਤੇ ਅਰਥ ਜਗਾਓ। ਇਹੀ ਮੇਰਾ ਮਕਸਦ ਹੈ ਔਰ ਮੇਰਾ ਮਕਸਦ ਇਸ ਸਿਸਟਮ ਦੇ ਖਿਲਾਫ ਹੈ। ਜਿਹੜਾ ਮੇਰਾ ਵਿਰੋਧ ਕਰਦੇ ਆ, ਮੈਂ ਉਹਨਾਂ ਦੀ ਲੰਬੀ ਉਮਰ ਦੀ ਦੁਆ ਕਰਦਾ, ਉਹ ਮੈਨੂੰ ਬਿਹਤਰ ਬਣਾਉਣ ਲਈ ਅੱਗੇ ਖੜਦੇ ਆ। ਬਾਬੇ ਨਾਨਕ ਨੂੰ ਕੋਈ ਨਿੰਦਦਾ ਸੀ, ਉਹ ਕਹਿੰਦਾ ਨਿੰਦਕ ਬਾਬਾ ਵੀਰ ਹਮਾਰਾ। ਜਿਹੜੇ ਨਿੰਦਦੇ ਨੇ ਉਹ ਤਾਂ ਬਗੈਰ ਸਾਬਣ ਮੇਰੇ ਕਰਮ ਧੋਂਦੇ ਆ, ਮੈਂ ਉਹਨਾਂ ਦੀ ਲੰਬੀ ਉਮਰ ਦੀ ਦੁਆ ਕਰਦਾ। ਇਸ ਕਰਕੇ ਅੱਜ ਜਿਹੜੀ ਗੱਲ ਕਰਨੀ ਹੈ ਉਹ ਪੰਜਾਬ ਖੜਾ ਕਿੱਦਾਂ ਹੁੰਦਾ ਆਪਾਂ ਉਸ ਚੀਜ਼ ਦੀ ਗੱਲ ਕਰਨੀ ਹੈ। ਉਹ ਮਿੱਤਰੋ ਜਦੋਂ ਤੁਸੀਂ ਦਰਬਾਰ ਸਾਹਿਬ ਦੀ ਪਰਿਕਰਮਾ ਕਰਦੇ ਹੋ ਅਕਾਲ ਤਖ਼ਤ ਸਾਹਿਬ ਆਉਂਦਾ, ਯਾਦ ਕਰੋ ਅਕਾਲੀ ਫੂਲਾ ਸਿੰਘ ਨੂੰ। ਜਥੇਦਾਰ ਸਾਹਿਬ ਨੇ ਗੋਡੇ ਲਵਾਤੇ ਸੀ ਪੰਜਾਬ ਦੇ ਸ਼ਹਿਨਸ਼ਾਹ ਮਹਾਰਾਜਾ ਰਣਜੀਤ ਸਿੰਘ ਦੇ, ਗੋਡਿਆਂ ਪਰ ਨਹੀਂ ਕਰਦਾ ਸੀ, ਕਹਿੰਦਾ ਤੂੰ ਗਿਆ ਮਾਰੋ ਕੋਲ, ਹੁਣ ਤੇਰੇ ਮਹਿਲ ਦਾ ਲੰਗਰ ਨਹੀਂ ਇੱਥੇ ਵਰਤਣਾ ਸੰਗਤ ਵਰਤਾਊ। ਉਹ ਕਹਿੰਦਾ ਬਿਲਕੁਲ ਠੀਕ, ਕੋੜੇ ਵੀ ਸਜ਼ਾ ਦਿੱਤੀ, ਉਹ ਮੰਨਿਆ। ਕਿਉਂ ਮੰਨਿਆ? ਕਿਉਂਕਿ ਝੰਡੇ ਬੁੰਗੇ ਜੁਗੋ ਜੁਗ ਅਟਲ, ਦਰਬਾਰ ਸਾਹਿਬ ਦੇ ਵਿੱਚ ਧਰਮ ਦਾ ਝੰਡਾ 2.5 ਫੁੱਟ ਉੱਚਾ ਰਾਜਨੀਤੀ ਨਾਲੋਂ। ਅੱਜ ਕੀ ਅਕਾਲੀ ਫੂਲਾ ਸਿੰਘ ਵਰਗੇ ਜਥੇਦਾਰ ਹੈ? ਅੱਜ ਜਥੇਦਾਰਾਂ ਨੂੰ ਘਰੇ ਬੁਲਾਇਆ ਜਾਂਦਾ, ਧਰਮ ਨੂੰ ਜਿਹਦੀ ਸਵਾਰੀ ਹੋਣੀ ਚਾਹੀਦੀ ਸੀ, ਜਿਹਦੀ ਸਿਹਤ ਹੋਣੀ ਚਾਹੀਦੀ ਸੀ, ਧਰਮ ਦੀ ਘੁੜਸਵਾਰੀ ਕਰਨ ਲੱਗੇ ਲੋਕ। ਜਥੇਦਾਰਾਂ ਨੂੰ ਚੀਫ ਮਿਨਿਸਟਰ ਦੇ ਘਰ ਸੱਦਿਆ ਜਾਂਦਾ, ਉੱਥੋਂ ਹੁਕਮ ਦਵਾਇਆ ਜਾਂਦਾ, ਕੌਂਕੇ ਸਾਹਿਬ ਵਰਗੇ ਜਥੇਦਾਰ ਅੱਜ ਉਹਨਾਂ ਦੀ ਮੌਤ ਦੀ ਖਬਰ ਅੱਗ ਵਾਂਗੂ ਹਰ ਬੰਦੇ ਨੂੰ ਚਿੰਤਨ ਕਰਨ ਦੇ ਉੱਤੇ ਮਜਬੂਰ ਕਰ ਰਹੀ ਹੈ। ਕੀ ਕਹਿੰਦੀ ਹੈ ਉਹ ਇਹ ਕਹਿੰਦੀ ਹੈ ਕੌਂਕੇ ਸਾਹਿਬ ਦੀ ਜਿਹੜੀ ਮੌਤ ਹੈ ਉਹ ਇਹ ਕਹਿੰਦੀ ਹੈ ਵੀ ਪੰਜਾਬ ਦੇ ਵਿੱਚ ਕਾਨੂੰਨ ਦੀ ਕੋਈ ਸਥਾਪਨਾ ਨਹੀਂ ਹੈ, ਕਾਨੂੰਨ ਨਾਮ ਦੀ ਕੋਈ ਚੀਜ਼ ਨਹੀਂ। ਪੁਲਿਸ ਵਾਲੇ ਕਠਪੁਤਲੀਆਂ ਵਾਂਗੇ, ਇਕੱਲੇ ਪੁਲਿਸ ਵਾਲੇ ਨੂੰ ਨਾ ਦੇਖੋ, ਜਿਹੜੇ ਪੁਲਿਸ ਵਾਲੇ ਦੇ ਉੱਤੇ ਹੁਕਮ ਸੁਣਾਉਂਦੇ ਸੀ ਉਹ ਅਸਲੀ ਜ਼ਿੰਮੇਵਾਰ ਨੇ। ਜਦੋਂ ਤੁਸੀਂ ਕਾਨੂੰਨ ਦਾ ਸਿਆਸੀਕਰਨ ਕਰ ਦਿਓਗੇ, ਪੁਲਿਸ ਦਾ ਸਿਆਸੀਕਰਨ ਕਰ ਦਿਓਗੇ ਤੇ ਨਿੱਜੀ ਮਫਾਦ ਦੇ ਵਾਸਤੇ, ਨਿੱਜੀ ਫਾਇਦਿਆਂ ਦੇ ਵਾਸਤੇ ਤੁਸੀਂ ਕਾਨੂੰਨ ਨੂੰ ਆਪਣੀ ਕਠਪੁਤਲੀ ਬਣਾ ਕੇ ਇਸਤੇਮਾਲ ਕਰੋਗੇ ਤੇ ਫਿਰ ਲੋਕ ਸਜ਼ਾ ਦਿੰਦੇ ਆ। ਇਹ ਉਹ ਅਕਾਲੀ ਦਲ ਹੈ ਜਿਹੜਾ 45 ਤੋਂ ਕਦੇ ਘਟਿਆ ਨਹੀਂ, ਅੱਜ ਦੇਖੋ 2 ਸੀਟਾਂ ਤੇ ਖੜਿਆ। ਕਿਉਂ ਖੜਿਆ? ਜਿਹੜੇ 40 ਸਾਲ ਪੰਥ ਦੇ ਨਾਂ ਦੇ ਉੱਤੇ ਰਾਜ ਕਰਦੇ ਉਹਨਾਂ ਪੰਥ ਨੂੰ ਹੀ ਗੁਰੂ ਸਾਹਿਬ ਦੇ ਅੰਗ ਖਿਲਾਰਦੇ ਵੋਟਾਂ ਖਾਤਰ। ਉਹ ਭਾਈ ਕਿੰਨਾ ਗਿਰਾਂਗੇ ਆਪਾਂ, ਕਿਸ ਸਤਰ ਤੱਕ ਗਿਰਾਂਗੇ ਆਪਾਂ? ਸੈਂਟਰ ਦੀਆਂ ਸਰਕਾਰਾਂ, ਬਹੁਤ ਧਿਆਨ ਨਾਲ ਸੁਣਨਾ, ਸੈਂਟਰ ਦੀਆਂ ਸਰਕਾਰਾਂ ਉਹਨਾਂ ਨੇ ਕੀ ਦਿੱਤਾ ਪੰਜਾਬ ਨੂੰ? ਔਰ ਜਦੋਂ ਮੈਂ ਇਹ ਗੱਲਾਂ ਕਰਦਾ ਬੜੇ ਧਿਆਨ ਨਾਲ ਸੁਣਨਾ, GST ਲਾਤੀ, GST ਦਾ ਕਾਨੂੰਨ ਲਾਤਾ। ਜਦੋਂ ਉਦੋਂ ਫਾਈਨਾਂਸ ਮਿਨਿਸਟਰ ਹੁੰਦੇ ਸਾਡੇ ਮਨਪ੍ਰੀਤ ਬਾਦਲ, ਉਹ ਕਹਿੰਦੇ ਬੜਾ ਤਕੜਾ ਕਾਨੂੰਨ ਆ, ਮੈਂ ਕਿਹਾ ਤੁਹਾਡੇ ਹੱਥ 'ਚ ਝੂਠੇ ਦੇ ਦੇਣਗੇ, ਪੈਸੇ ਪੰਜਾਬ ਦੇ ਇਕੱਠੇ ਉਹ ਕਰਨ ਤੇ ਉਦੋਂ ਬਾਅਦ ਮੰਤਰੀ ਬਣਾ ਕੇ ਖੜਾ ਦੇਣ ਵੀ ਸਾਡੇ ਪੈਸੇ ਮੋੜ ਦਿਓ। ਭਾਈ ਪੰਜਾਬ ਕਿਉਂ ਨਾ ਲਵੇ ਉਹਨਾਂ ਪੈਸਿਆਂ ਨੂੰ ਤੇ ਸੈਂਟਰ ਦੇ ਪੈਸੇ ਉਹਨਾਂ ਨੂੰ ਕਿਉਂ ਨਾ ਮੋੜੇ? ਭਾਖੜਾ ਡੈਮ ਸਾਡੀ, ਭਾਖੜਾ ਡੈਮ ਸਾਡੀ ਤੇ ਪਾਣੀ ਦਾ ਕੰਟਰੋਲ, ਪਾਣੀ ਦਾ ਸਾਰੇ ਪੰਜਾਬ ਦੇ ਪਾਣੀਆਂ ਦਾ ਕੰਟਰੋਲ ਸੈਂਟਰ ਦੀ ਸਰਕਾਰ ਕਰੂ। 30 ਕਿਲੋਮੀਟਰ BSF ਆ ਕੇ ਖੜਦੀ, ਕਦੇ ਕਿਸੇ ਨੇ ਗੋਲੀ ਮਾਰਤੀ, ਕਦੇ ਕਿਸੇ ਨੇ ਗੋਲੀ ਮਾਰਤੀ। ਦੱਸੋ ਕਿਹੜਾ ਪੰਜਾਬ ਦੇ ਵਿੱਚ ਲਾ ਐਂਡ ਆਰਡਰ ਹੈ, ਕਿਹੜਾ ਅਮਨ ਮਾਨ ਹੈ?
ਕਿਹੜਾ ਪਿੰਡਾਂ ਦੇ ਵਿੱਚ ਅੱਜ ਪੁਲਿਸ ਦਾ ਰਾਜ, ਉਹ ਭਾਈ ਸਿੰਘਾਪੁਰ ਦੇ ਵਿੱਚ ਆ ਡਰੱਗ ਵਾਲੀ ਚਿੱਟੇ ਵਾਲੀ ਕੁੜੀ ਵੇਚ ਕੇ ਦਿਖਾਵੇ, ਕੋਈ ਜੁਮਕਾਂ ਜਮੇੜ ਦਿੰਦੇ ਆ ਜਿਸਮ ਦੇ ਉੱਤੇ, ਜੁਮਕਾਂ ਸਾਰੀ ਉਮਰ ਵੱਧ ਵੱਧ ਖਾਂਦੀਆਂ ਨੇ, ਕੋਈ ਛੱਡਣ ਵਾਲਾ ਨਹੀਂ ਹੁੰਦਾ। ਅਰੇ ਕੋਈ ਲੈ, ਮੈਂ ਦੁਬਈ ਦੇ ਵਿੱਚ ਮੇਰਾ ਮੋਬਾਈਲ ਫੋਨ ਗੁੰਮ ਗਿਆ, ਘਰੇ ਮੈਂ ਕਹਿੰਦਾ ਜਦੋਂ ਮੈਂ ਹਵਾਈ ਜਹਾਜ਼ ਚੜ ਗਿਆ ਉੱਥੇ ਵਾਪਸ ਦੇ ਕੇ ਗਏ। ਇਹ ਕਾਨੂੰਨ ਵਿਵਸਥਾ ਘੜੀ ਗਿਰਕੀ ਕਿਸੇ ਦੀ ਸੋਨੇ ਦੀ ਕੋਈ ਚੁੱਕੂਗਾ ਨਹੀਂ, ਵਾਪਸ ਆਉਂਦੀ ਹੈ, ਕਿਉਂਕਿ ਕਾਨੂੰਨ ਦਾ ਭੈ ਇੱਥੇ ਹਰ ਰੋਜ਼ ਚਾਰ ਬੰਦੇ ਮਰਦੇ ਨੇ ਹਰ ਰੋਜ਼। ਅਤੇ ਕੀ ਅਸੀਂ ਸੈਂਟਰ ਤੋਂ ਐਕਸਪੈਕਟ ਨਹੀਂ ਕਰਦੇ ਵੀ ਉਹ ਵੀ ਯੋਗਦਾਨ ਪਾਵੇ? ਜੇ ਉਹਨਾਂ ਦੀ BSF ਕਰੀ ਹੈ, ਉਹ ਤਾਂ ਭਗਵੰਤ ਮਾਨ 40-50 ਉਹ ਲੈ ਆ, 40-50 ਪਲਾਟੂਨਾਂ ਲੈ ਆ, ਚੰਨੀ ਨੂੰ ਤਾਂ ਕਹਿੰਦਾ ਹੁੰਦਾ ਤੇਰੀ ਡੀਲ ਹੈ, ਉਹ ਕਿਹੜੀ ਡੀਲ ਹੋ ਗਈ ਮਿੱਤਰਾ, ਹੋਰ ਕਿਉਂ ਫਿਰਦਾ? ਕਿਸਾਨੀ ਉਦੋਂ ਤੱਕ ਨਹੀਂ ਖੜੀ ਹੁੰਦੀ ਜਦ ਤੱਕ ਸਾਡੀ ਕਿਸਮਤ ਦੇ ਉੱਤੇ ਤਾਲੇ ਲਾਏ ਆ, ਉਦੋਂ ਤੱਕ ਨਹੀਂ ਖੜੀ ਹੁੰਦੀ ਕਿਸਾਨੀ। 40 ਰੁਪਈਏ, 40 ਰੁਪਈਏ ਤੁਹਾਨੂੰ MSP ਦਿੰਦੇ ਆ ਭਰਾ ਕੇ, ਅਤੇ ਪੈਸਟੀਸਾਈਡ ਦੇ ਉੱਤੇ 40% ਭਰਾ ਦਿੰਦੇ ਆ, ਖਾਦ ਦੇ ਉੱਤੇ 40% ਭਰਾ ਦਿੰਦੇ, 40 ਦੇ 400 ਲੈ ਲੈਂਦੇ ਆ। ਲੈ ਜੇ ਭਲਾ ਹੀ ਕਰਨਾ ਪੰਜਾਬ ਦਾ, ਮੈਂ ਪੰਜਾਬ ਦੀ ਗੱਲ ਨਹੀਂ ਕਰਦਾ, ਜੇ ਭਲਾ ਹੀ ਕਰਨਾ ਪੂਰੇ ਦੇਸ਼ ਦਾ, ਉੱਤਰ ਭਾਰਤ ਦਾ, ਤੇ ਖੋਲੋ ਸਾਡੇ ਬਾਰਡਰ, ਉਹ ਖੋਲੋ ਸਾਡੇ ਬਾਰਡਰ। ਤੇ ਭਾਈ ਜੇ ਤੁਸੀਂ ਕਹਿੰਦੇ ਹੋ ਆਂਤਰਿਕ ਸੁਰੱਖਿਆ ਦੀ ਗੱਲ ਹੈ, ਹਵਾਈ ਜਹਾਜ਼ ਕੌਮਾਂਤਰੀ ਹਵਾਈ ਜਹਾਜ਼ ਉਹ ਲੈ ਕੇ ਜਾਣ ਕਣਕ, ਬਾਰਡਰ ਪਾਰ ਉਜ਼ਬੇਕਿਸਤਾਨ, ਅਫਗਾਨਿਸਤਾਨ, ਕਜ਼ਾਕਿਸਤਾਨ, ਥੋੜੀ ਸਤਾਰਾਂ ਸੌ ਦੀ ਕਣਕ 3000 ਦੀ, 20 ਰੁਪਈਏ ਦਾ ਅਦਰਕ 150 ਦਾ, 50 ਰੁਪਈਏ ਦਾ ਦੁੱਧ 150 ਦਾ। ਜਦ ਟਮਾਟਰ ਦੇ ਕੇ ਆਉਂਦਾ ਰਾਤ ਮਾਰਦੀ ਰਹੇ, ਸਵੇਰੇ ਪਚੂਨ ਦੀ ਦੁਕਾਨ ਤੇ 25 ਦਾ ਵੇਚਦਾ ਰਹੇ, 25 ਦਾ, ਤੇ 6 ਮਹੀਨਿਆਂ ਬਾਅਦ ਜਦੋਂ ਸੀਜ਼ਨ ਨਹੀਂ ਹੁੰਦਾ ਕੋਲਡ ਸਟੋਰੇਜ ਚੋਂ ਕੱਢ ਕੇ ਉਸੇ ਜੱਟ ਨੂੰ 60 ਦਾ ਵੇਚ ਦਿੰਦਾ। ਕਿਉਂ ਇਹ ਸਾਡੇ ਨਾਲ ਇਹ ਕਿਉਂ ਵਿਚਰੇ? ਅੰਮ੍ਰਿਤਸਰ ਸਭ ਤੋਂ ਵੱਡੀ ਮੰਡੀ, ਸਭ ਤੋਂ ਵੱਡੀ ਮੰਡੀ ਸੀ ਅੰਮ੍ਰਿਤਸਰ, ਸਮਝਦੇ ਹੋ? ਔਰ ਮਹਾਰਾਜਾ ਰਣਜੀਤ ਸਿੰਘ ਉੱਥੇ ਪੰਡਾਂ ਢਾਉਂਦਾ ਸੀ, ਪੰਡਾਂ ਢਾਉਂਦਾ ਸੀ। ਇੱਕ ਬਜ਼ੁਰਗ ਨੇ ਭੇਸ ਬਦਲ ਕੇ ਰਾਤ ਨੂੰ ਚਲਿਆ ਗਿਆ, ਬਜ਼ੁਰਗ 2 ਪੈਸੇ ਕਮਾਉਂਦਾ ਸੀ, ਜਦੋਂ ਉਹਦੀ ਪੰਡ ਚੱਕੀ ਕਹਿੰਦਾ ਬਾਬਾ ਕਿਵੇਂ ਤੇਰਾ ਰਾਜਾ, ਕਹਿੰਦਾ ਸਵਾਹ ਦਾ ਰਾਜਾ, ਬਦਾਉਂ ਦਾ ਰਾਜਾ, ਜਿਹਨੂੰ ਇਹੀ ਨਹੀਂ ਪਤਾ ਵੀ ਸਾਡੀਆਂ ਪਿੱਠਾਂ ਟੁੱਟੀਆਂ ਪਈਆਂ ਨੇ, ਤੇ ਆਹ ਜਿਹੜੇ ਇੱਥੇ ਅੱਤ ਕਰਦੇ ਆ ਇਹ ਸਾਡੇ ਕੋਲ ਕਰ ਲੈਂਦੇ ਆ, ਇਹੋ ਜਿਹੇ ਰਾਜੇ ਨੂੰ ਕੀ ਕਰਨਾ? ਕਹਿੰਦਾ ਅੱਛਾ ਬਾਬਾ ਲੈ 5 ਪੈਸੇ ਰੱਖ। ਤੇ ਰਾਤ ਨੂੰ ਉਹਦੀ ਪੰਡ ਚੁੱਕ ਕੇ ਉਹਦੇ ਘਰੇ ਛੱਡ ਗਿਆ, ਸਵੇਰ ਹੋਈ ਲੰਘ ਲਸ਼ਕਰ ਨਾਲ ਮਹਾਰਾਜਾ ਰਣਜੀਤ ਸਿੰਘ ਉੱਥੇ ਆਇਆ। ਭਾਈ ਉਹਨੇ ਦੇਖਿਆ ਕਿਉਂ ਗਿਆ, ਇਹ ਤਾਂ ਰਾਤ ਨੂੰ ਇਹ ਤਾਂ ਐਵੇਂ ਬੰਦਾ ਸੀ ਭਾਈ, ਸਾਫਾ ਜਿਹਾ ਪਰਨਾ ਜਿਹਾ ਬੰਦਾ, ਇਹ ਕੌਣ ਹੈ ਮਹਾਰਾਜਾ? ਕਹਿੰਦਾ ਬਾਬਾ ਗੋਡਾ ਲਾ ਕੇ, ਕਹਿੰਦਾ ਬਾਬਾ ਮੈਥੋਂ ਗਲਤੀ ਹੋ ਗਈ, ਮੈਂ ਆਵਾਮ ਦੀ ਆਵਾਜ਼ ਨਹੀਂ ਸੁਣ ਸਕਿਆ, ਮੈਥੋਂ ਗਲਤੀ ਹੋ ਗਈ, ਮੈਨੂੰ ਮਾਫ਼ ਕਰ ਦੇ, ਆਹ ਚੱਕ 5 ਰੁਪਈਏ, ਤੇ ਜਿੰਨੇ ਤੁਹਾਡੇ ਤੋਂ ਇਹ ਟੈਕਸ ਲੈਂਦੇ ਆ ਇਹ ਤੁਹਾਨੂੰ 6-6 ਪੈਸੇ ਹਰ ਰੋਜ਼ ਦੇਣਗੇ। ਇਹ ਪੰਜਾਬ ਦੇ ਮਹਾਰਾਜੇ ਦੀ ਅੱਜ ਤੱਕ ਦਾਨਿਸ਼ਮੰਦ ਦੀਆਂ ਕਥਾਵਾਂ ਅੰਮ੍ਰਿਤਸਰ ਦੀ ਮਲੀਤ ਮੰਡੀ ਦੇ ਵਿੱਚ ਗਾਈਆਂ ਜਾਂਦੀਆਂ ਨੇ, ਇਹ ਸੀ ਉਹ ਰਾਜੇ। ਤੇ ਅੱਜ ਮੈਨੂੰ ਕੋਈ ਦੱਸ ਦੇਵੇ ਵੀ ਪੰਜਾਬ ਦਾ ਕਿਸਾਨ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਬੈਠਾ ਸੀ ਕਿ ਨਹੀਂ ਬੈਠਾ ਸੀ, ਕੀ ਦਿੱਤਾ? ਮੈਂ ਉਦੋਂ ਵੀ ਕਹਿੰਦਾ ਸੀਗਾ ਕਿ ਕਿਸਾਨ ਵੀਰੋ ਜੇ ਕਾਨੂੰਨ ਵਾਪਸ ਵੀ ਲੈ ਲਏ ਕਾਲੇ ਤਾਂ ਕਿਹੜਾ ਆਪਣੀ ਪਰਿਸਥਿਤੀ ਸੁਧਰ ਜਾਣੀ ਹੈ। ਉਹ ਭਾਈ ਜਦੋਂ ਹਰੀ ਕ੍ਰਾਂਤੀ ਆਈ, ਜਦੋਂ ਚਿੱਟੀ ਕ੍ਰਾਂਤੀ ਆਈ, ਸਾਨੂੰ ਵਰਤਿਆ PDS ਸਸਤਾ ਅਨਾਜ ਦੇਣ ਲਈ ਵਰਤਿਆ, ਹੁਣ ਲੋੜ ਨਹੀਂ ਰਹੀ, ਹੁਣ ਮੱਧਿਆ ਪ੍ਰਦੇਸ਼ ਚੋਂ 1200 ਰੁਪਏ ਦੀ ਕਣਕ ਮਿਲਦੀ ਹੈ, ਹੁਣ ਕਹਿੰਦੇ ਆਪੇ ਨਿਕਲੋ, ਆਪੇ ਨਿਕਲੀਏ। ਡਬੋਤਾ ਸਿਆਸਤਦਾਨਾਂ ਨੇ, ਡਬੋਤਾ ਪੰਜਾਬ ਦੇ ਚੀਫ ਮਿਨਿਸਟਰਾਂ ਨੇ। ਅੱਜ ਜਿਹੜਾ 50,000 ਕਰੋੜ ਰੁਪਈਆ ਡਬਲ ਹੋ ਕੇ 1,00,000 ਕਰੋੜ ਰੁਪਈਆ ਲੈ ਕੇ ਤੁਹਾਡੇ ਲੱਗਦਾ, ਤੁਹਾਡੀ ਜ਼ਿੰਦਗੀ ਨੂੰ ਬਿਹਤਰ ਬਣਾਉਂਦਾ, ਉਹ ਖਾ ਜਾਂਦੇ GST ਤੋਂ ਬਾਹਰ। ਮੇਰੀ ਗੱਲ ਨੂੰ ਧਿਆਨ ਨਾਲ ਸੁਣਨਾ, ਤੁਸੀਂ ਹੋ ਆਪਣਾ ਮੁਕੱਦਰਾ ਆਪਣੇ ਹੱਥ ਲਗੋ, ਰੇਤਾ ਹੁੰਦਾ, ਪੈਟਰੋਲ ਡੀਜ਼ਲ ਹੁੰਦਾ, GST ਤੋਂ ਬਾਹਰ ਇਹ 1 Nation 1 Tax ਨਹੀਂ ਹੈ, ਇਹ ਤੋਂ ਬਾਹਰ ਸ਼ਰਾਬ ਹੈ, ਇਹ ਤੋਂ ਬਾਹਰ ਟਰਾਂਸਪੋਰਟ ਹੈ। 60,000 ਕਰੋੜ ਰੁਪਈਆ ਨਿਕਲਦਾ ਇਹਦੇ ਚੋਂ,
ਉਹ ਕੱਲੀ ਸ਼ਰਾਬ ਤੋਂ ਤਾਮਿਲਨਾਡੂ 50,000 ਕਰੋੜ ਰੁਪਇਆ ਕੱਢਿਆ 2002 ਚ। ਮੈਂ ਕੋਈ ਸ਼ਰਾਬ ਦੇ ਹੱਥ ਚ ਨਹੀਂ, ਪਰ ਜੇ ਵਿਕਦੀ ਹੈ ਤਾਂ ਸਟੇਟ ਦੇ ਖਜ਼ਾਨੇ ਜਾਵੇ ਨਾ, ਕਿਉਂ ਨਹੀਂ ਆਉਂਦੀ ਸੈਂਟਰ ਦੀਆਂ ਸਕੀਮਾਂ 'ਚ ਡਬਲ ਕਿਉਂ ਨਹੀਂ ਹੁੰਦੀ, ਕੋਈ ਸਮਝਾਵੇ ਮੈਨੂੰ। ਤੇ ਭਗਵੰਤ ਮਾਨ ਸਾਹਿਬ ਮੈਂ ਤੈਨੂੰ ਫੇਰ ਕਹਿੰਦਾ, ਤੁਸੀਂ ਤੇ ਕੇਜਰੀਵਾਲ ਸਾਹਿਬ ਟਕਾ ਕੇ ਚੋਰ ਹੋ, ਤੁਸੀਂ ਠੋਕ ਕੇ ਚੋਰ ਹੋ, ਤੁਸੀਂ ਫੇਰ ਪੰਜਾਬ ਦਾ ਉਹ 50,000 ਕਰੋੜ ਰੁਪਇਆ ਨਾ ਉਹ ਜਵਾਬ ਦੇਵੇ ਨਾ ਤੂੰ ਜਵਾਬ ਦੇਵੇ ਮਿੱਤਰ ਪਿਆਰੇ। ਹੁਣ ਤਾਂ ਫੇਰ ਇਸ ਨਵੇਂ ਸਾਲ ਦੇ ਵਿੱਚ 2,500 ਕਰੋੜ ਰੁਪਏ ਦਾ ਕਰਜ਼ਾ ਫੇਰ ਚੁੱਕ ਲਿਆ, 40,000-40,000 ਕਰੋੜ ਰੁਪਇਆ ਸਾਲ ਦਾ ਕਰਜ਼ਾ ਚੁੱਕਦੇ ਹੋ, ਉਹਦੇ 35,000 ਕਰੋੜ ਰੁਪਇਆ ਸੂਦ ਨੇ ਹੋ, ਇਹਨੂੰ ਪੰਜਾਬ ਦੇ ਲੋਕਾਂ ਨੇ ਮੋੜਨਾ ਹੈ। 67,000 ਕਰੋੜ ਰੁਪਇਆ ਪੰਜਾਬ ਦਾ ਗਰੀਬ ਕਿਸਾਨ ਮਿਡਲ ਕਲਾਸ ਲੋਅਰ ਮਿਡਲ ਕਲਾਸ ਦਿੰਦਾ, ਤੇ ਪੰਜਾਬ ਦਾ ਅਮੀਰ ਜਿਹੜਾ ਡਾਇਰੈਕਟ ਟੈਕਸ ਦਿੰਦਾ ਜਦੋਂ ਬੱਸ ਚੋਂ ਉਤਰਦੇ ਹੋ, ਤੇਲ ਤੇ ਟੈਕਸ, ਲੂਣ ਤੇ ਟੈਕਸ, ਹੈਨੀ ਕਿਸੇ ਦੁਕਾਨ 'ਚ ਵਰਤੋਂ ਟੁੱਥਪੇਸਟ ਤੇ ਟੈਕਸ, ਪੈਸਟੀਸਾਈਡ ਤੇ ਟੈਕਸ, ਖਾਦ ਤੇ ਟੈਕਸ, ਤੁਹਾਨੂੰ ਪਤਾ ਹਰੇਕ ਚੀਜ਼ ਤੇ ਟੈਕਸ ਹੈ। ਲੇਕਿਨ ਤੁਹਾਨੂੰ ਇਹ ਨਹੀਂ ਸਮਝ ਆਉਂਦੀ ਵੀ 70,000-80,000 ਕਰੋੜ ਜਿਹੜਾ ਕਿਰਾਇਆ ਜਿਹੜਾ ਕਰਜ਼ਾ ਲੈ ਰਹੇ ਨੇ ਉਹਨੂੰ ਤੁਸੀਂ ਮੋੜ ਰਹੇ ਹੋ ਮਿੱਤਰ ਪਿਆਰੇ ਹੋ, ਗੁਲਾਮ ਨਾ ਬਣੋ ਇਸ ਸਿਸਟਮ ਦੇ। ਮੈਂ ਤੁਹਾਨੂੰ ਫੇਰ ਕਹਿ ਰਿਹਾ, ਅਬੂ ਬਕਰ ਸਾਹਿਬ ਨੂੰ ਇਹ ਕਿਹਾ ਸੀਗਾ ਕਿ ਜੇ ਰਾਜਾ ਤਜਾਰਤ ਕਰਨ ਲੱਗ ਜਾਏ ਨਾ, ਬਿਜ਼ਨਸ ਕਰਦੇ ਰਹੇ ਆ, ਰੇਟੇ ਦੀ ਟਰਾਲੀ 21,000 ਰੁਪਏ, ਸੋਚ ਸਕਦੇ ਹੋ ਗਰੀਬ ਭਾਰ ਕਰ ਲੂ, ਤੇ ਕਹਿੰਦੇ ਸੀਗੇ 1,000 ਰੁਪਏ। ਅੱਜ ਇੱਥੇ ਔਰਤਾਂ ਬੈਠੀਆਂ ਨੇ, ਉਹ 1,100 ਰੁਪਇਆ ਪਹੁੰਚ ਗਿਆ ਤੁਹਾਡੇ ਕੋਲ, ਦੱਸੋ ਬਾਈ ਪਹੁੰਚ ਗਿਆ ਹੈ ਨਹੀਂ ਪਹੁੰਚਿਆ, ਪਹੁੰਚਣਾ ਵੀ ਨਹੀਂ, ਕਿਉਂਕਿ ਆਪ ਨੰਗ ਬਾਪ ਨੰਗ ਤੀਜੇ ਨੰਗ ਨਾਂਕੇ ਨੰਗਾ ਘਰ ਨੰਗ ਆਏ ਸਵਾਲ ਆਏ ਛਾਂ ਠੋਕੋ ਟਕਾ ਕੇ ਠੋਕੋ। ਇਹ ਮਤਲਬ ਸਰਕਾਰ ਨੰਗਾਂ ਦੀ ਹੋ ਗਈ, ਕਰਜ਼ਿਆਂ ਤੇ ਚਲਾਉਣੀ ਹੈ, ਲੋਕਾਂ ਦੇ ਹੱਕ, ਲੋਕਾਂ ਦਾ ਸਮਾਨ, ਉਹ ਸਾਰਾ ਕੁਝ ਖੋਲਣਾ, ਇਹ ਕਿਉਂ? ਇਹ ਪੰਕਜ ਸਾਹਿਬ ਵਾਲੀ ਗੱਲ ਮੈਂ ਤੁਹਾਨੂੰ ਅੱਜ ਕਹਿਣਾ, ਜਦੋਂ ਗੁਰੂ ਸਾਹਿਬ ਦੀ ਬੇਅਦਬੀ ਹੋਈ ਅਸਤੀਫਾ ਦਿੱਤਾ ਮੈਂ, ਕੈਪਟਨ ਨਾਲ ਲੜਿਆ, ਕੈਪਟਨ ਲਾਇਆ, ਕਿਉਂਕਿ ਸੁੱਟੇ ਪਏ ਰਹੇ 3 ਸਰਕਾਰਾਂ, ਜਥੇਦਾਰ ਕਾਲ ਤਖ਼ਤ ਟੁੱਕਦਾ ਟੁੱਟੇ ਟੁੱਟੇ ਕਰਤਾ ਹੈ, ਉਹਦੇ ਗਵਾਹ ਸਜ਼ਾ ਨਹੀਂ ਦੇ ਸਕੇ। ਇਹ ਕੀ ਹੈ, ਕਰਾਉਣ ਵਾਲੇ ਕੌਣ ਨੇ, ਇਹਨਾਂ ਨੂੰ ਸਮਝੋ। ਫਿਰ ਭਾਈ ਇਹ ਜੇ ਮੈਂ ਸ਼ਾਸਕ ਭਾਵ ਦੀ ਗੱਲ ਕਰਾਂ, ਆ ਗੱਡੀਆਂ ਦੀ ਗੱਲ ਕਰਾਂ, ਕੋਈ ਸ਼ਾਸਕ ਭਾਵ ਸਿੱਟ ਕੇ ਰਾਜੀ ਹੈ, ਕੋਈ ਪੰਜਾਬ ਨੂੰ ਪਰਿਵਾਰ ਦੇਖ ਕੇ ਰਾਜੀ ਹੈ? ਜੇ ਪਰਿਵਾਰ ਨਾ ਹੁੰਦਾ ਤਾਂ ਟੋਡਰਪਾਲ ਸਾਹਿਬ ਸਿੱਧੀਆਂ ਸਖੀਆਂ ਖੜੀਆਂ ਕਰਕੇ ਸਾਹਿਬਜ਼ਾਦਿਆਂ ਦਾ ਦਸ ਸੰਸਕਾਰ ਕਰਦੇ, ਉਹਨਾਂ ਦਾ ਭਰੋਸਾ ਸੀ ਯਾਰੋ, ਉਹਨਾਂ ਦਾ ਭਰੋਸਾ ਸੀ ਲਾਲ ਬਹਾਦਰ ਸ਼ਾਸਤਰੀ। ਕਾਂਗਰਸ ਦੀ ਵਿਚਾਰਧਾਰਾ ਇਹੀ ਹੈ, ਅਨੇਕਾਂ ਚ ਏਕਤਾ, ਅਮਨ ਮਾਨ, ਸਾਰੇ ਧਰਮਾਂ ਦਾ ਸਨਮਾਨ, ਸਮਝੋ ਨਹੀਂ ਉਹ ਭਾਈ, ਹਰ ਧਰਮ ਦਾ ਸਨਮਾਨ ਜਿੱਥੇ ਹੁੰਦਾ ਹੋਵੇ, ਆਪਸੀ ਭਾਈਚਾਰਾ ਜਿੱਥੇ ਹੋਵੇ, ਉਹ ਪੰਜਾਬ ਹੈ, ਉਹ ਪੰਜਾਬੀਅਤ ਹੈ, ਤੁਸੀਂ ਉਹਨੂੰ ਤੋੜ ਕੇ ਰਾਜੀ ਹੋ? ਮੈਂ ਤੁਹਾਨੂੰ ਅੱਜ ਕਹਿੰਦਾ, ਲੈ ਡਰੱਗ ਪੈਦਲ ਰੱਖ, ਦੇਖ ਲਓ ਕਿੰਨੇ ਲੋਕ ਅੱਜ ਨਸ਼ਿਆਂ ਦੇ ਵਿੱਚ ਨੇ। ਲੈ ਮੈਂ ਤੁਹਾਨੂੰ ਅੱਜ ਕਹਿੰਦਾ ਕਿ ਪੁਲਿਸ ਡਰੱਗ ਵੇਚਣ ਵਾਲੇ ਤੇ ਪੋਲਿਟਿਕਸ ਕਰਨ ਵਾਲੇ, ਇਹਨਾਂ ਦੀ ਸਾਥ ਲਾ ਕਰੋ, ਕਰੋ ਦੂਰ। ਇੱਕ ਗੁਟਕਾ ਚੱਕੀ ਖੜਾ ਰਿਹਾ, ਘਰ ਕਰ ਨੌਕਰੀ, ਘਰ ਕਰ ਨੌਕਰੀ ਨੂੰ, ਕਰਜ਼ਾ ਮਾਫ ਕਰ ਤੂੰ, ਭਾਵੇਂ ਆੜਤੀਆਂ ਦਾ ਹੋਵੇ, ਭਾਵੇਂ ਸੁਸਾਇਟੀਆਂ ਦਾ ਹੋਵੇ, ਕਿੰਨਾ ਮਾਫ ਹੋਇਆ, ਥੱਲੇ ਹੀ ਲਾਣੇ ਅੰਮਾ ਚਲੀ ਬਣਾਉਣ, ਕਿੱਥੇ ਆਹੋ, ਕਿੰਨੇ ਆਏ ਕਿੰਨੇ ਗਏ। ਮੈਂ ਗੁਰੂ ਸਾਹਿਬ ਦਾ ਇਹ ਨਵਾਣਾ ਜਿਹਾ ਨੌਕਰ, ਗੁਰੂ ਸਾਹਿਬ ਦਾ ਕੁੱਕਰ, ਤੁਹਾਨੂੰ ਬੇਨਤੀ ਕਰਦਾ ਕਿ ਜਦ ਤੱਕ ਤੁਸੀਂ ਕਿਰਦਾਰ ਨਹੀਂ ਦੇਖੋਗੇ, ਇਹ ਝੂਠ ਵੇਚਦੇ ਆ, ਸੁਪਨੇ ਸਜਾਉਣੇ ਛੱਡਣਾ ਨਾ, ਲੇਕਿਨ ਝੂਠੇ ਸੁਣਿਆ ਤੇ ਵਿਸ਼ਵਾਸ ਕਰਨਾ ਨਾ,
ਜਦ ਤੱਕ ਨੀਤੀ ਨਾਲ ਰਾਜਨੀਤੀ ਨਹੀਂ ਚੱਕੀ ਜਾਊ, ਜਦ ਤੱਕ ਕਾਂਗਰਸ ਬਦਲੂ ਨਹੀਂ, ਜਦ ਤੱਕ ਪੰਜਾਬ ਦੇ ਲੋਕ ਬਦਲਣਗੇ ਨਹੀਂ, ਜਦ ਤੱਕ ਅਸੀਂ ਨੀਤੀਗਤ ਸ਼ਾਸਤਰ ਨੂੰ ਪਾਲਸੀਆਂ ਨੂੰ ਵੋਟਾਂ ਨਹੀਂ ਪਾਵਾਂਗੇ, ਤਦ ਤੱਕ ਪੰਜਾਬ ਖੜਾ ਨਹੀਂ ਹੋਣਾ ਮਿੱਤਰ ਪਿਆਰਿਓ। ਜਦ ਤੱਕ ਪੰਜਾਬ ਦੇ ਖਜ਼ਾਨੇ ਦੇ ਵਿੱਚ 50,000 ਕਰੋੜ ਵਾ, ਇੱਕ ਇਮਾਨਦਾਰ ਆਦਮੀ ਜਿੱਦਣ ਚੁਣ ਲਿਆ ਕਿੱਦਾਂ ਕਹੋਗੇ ਭਾਈ ਕਿਹਨੂੰ ਚੁਣਨਾ? ਜਿਹਦਾ ਕਿਰਦਾਰ ਹੋਵੇ ਗੁਰੂ ਸਾਹਿਬ ਦੇ ਕਹਿਣ ਵਾਲੇ, ਜਿਹੜਾ ਵਚਨਾਂ ਤੇ ਖੜੇ, ਜਿਹਦੀ ਜ਼ਬਾਨ ਹੋਵੇ, ਜਿਹੜਾ ਇਮਾਨਦਾਰ ਹੋਵੇ, ਇਹਦੇ ਸਾਰੇ ED ਤੋਂ ਹੀ ਦੱਬ ਜਾਂਦੇ ਆ। ਪਹਿਲਾਂ ਹੁੰਦਾ ਸੀ 75-25 ਕੈਪਟਨ ਦੇ ਬਾਦਲ, ਮੇਰੀ ਤੇਰੀ ਅੱਡੀ ਸੱਚੀ, ਠੀਕ ਹੈ, ਬੱਸਾਂ ਦੀ ਵੀ, ਤੇਰੀ ਵੀ ਤੇ ਮੇਰੀ ਵੀ, ਜੇ ਤੇਰੀ ਸਰਕਾਰ ਤਾਂ ਤੇਰੀ 75, ਮੇਰੀ 25, ਜੇ ਮੇਰੀ ਸਰਕਾਰ ਤਾਂ ਮੇਰੀ 75 ਤੇ ਤੇਰੀ 25, ਹੁਣ ਹੋ ਗਿਆ 80-20, ਮੈਨੂੰ ਨਾ ਫੜਿਓ ਜੀ। ਮੈਨੂੰ ਨਾ ਫੜਿਓ ਜੀ, ਉਹ ਕਿਹੜਾ ਕਾਨੂੰਨ ਆ ਹੋਏ ਆ ਖਹਿਰਾ ਦੇ ਤਾਂ ਅੰਦਰ, ਇਹ ਕਿਹੜੇ ਕਾਨੂੰਨ ਦੇ ਤਹਿਤ ਦਿੱਤਾ ਹੋਏ? ਨਵਜੋਤ ਸਿੰਘ ਸਿੱਧੂ ਨੂੰ 323 ਚ ਦਿੱਤਾ, ਬਰੀ ਹੋਇਆ ਹੋਇਆ ਬੰਦਾ, ਸੁਪਰੀਮ ਕੋਰਟ ਕਹਿੰਦੇ ਮੰਨਦੇ ਹੀ ਨਹੀਂ ਜੀ, ਦੁਬਾਰਾ ਕਰੋ ਕੇਸ ਲਗਾ, ਫਾਲੋ ਉਸ ਕਾਨੂੰਨ ਦੀ 323 ਚ ਹੌਮਦਾਰ ਹਾਜ਼ਰ ਜਮਾਨਤ ਦਿੰਦਾ ਹੈ। ਉਹ ਭਾਈ EVM ਮਤ ਸ਼ੱਕ, ਇਲੈਕਸ਼ਨ ਕਮਿਸ਼ਨ ਦੇ ਭਰੋਸਾ ਨਹੀਂ, ਜੁਡੀਸ਼ਰੀ ਦੇ ਭਰੋਸਾ ਨਹੀਂ, ਹੈਂਜੀ, ਸੜਕ ਦੇ ਖੜ ਕੇ ਧਰਨਾ ਨਹੀਂ ਦੇ ਸਕਦੇ, ਲੋਕ ਸਭਾ ਦੇ ਵਿੱਚ 146 MP ਦਾ, ਤੇ ਬਤਾਉਣ ਦੀ ਡੈਮੋਕ੍ਰੇਸੀ ਆ ਓਏ, ਕਾਹਦੀ ਡੈਮੋਕ੍ਰੇਸੀ? ਵੈਸੀ ਹੰਟਰ ਫੜ ਲਓ, ਥੁੱਕੀ ਜਾਓ ਬੰਦੇ, ਸਿੱਖ ਕੌਮ ਨਹੀਂ ਝੁਕਦੀ, ਸਿੱਖ ਕੌਮ ਨਹੀਂ ਦੱਬਦੀ, ਨਾ ਅਹਿਮਦ ਸ਼ਾਹ ਅਬਦਾਲੀ ਤੋਂ ਤੇ ਨਾ ਮੱਸੇ ਰੰਗੜ ਤੋਂ, ਸਦਾ ਕਾਮਯਾਬੀ ਉਹਨਾਂ ਦੇ ਪੈਰ ਚੁੰਮੇ ਜਿਹੜੀ ਕੌਮ ਨੂੰ ਮਰਨ ਦਾ ਝੱਲ ਪੈ ਜੇ, ਉਹ ਮੁੱਲ ਪਾਊਗਾ ਤੁਹਾਡੀਆਂ ਕੁਰਬਾਨੀਆਂ ਦਾ, ਭਾਵਾਂ ਅੱਜ ਪੈ ਜੇ ਤੇ ਭਾਵਾਂ ਕੱਲ੍ਹ ਪੈ ਜੇ। ਮੈਂ ਕਹਿੰਦਾ ਵੱਟ ਖੋਲੋ, ਮੈਂ ਕਹਿੰਦਾ 40 ਰੁਪਏ ਦੀ ਤੁਹਾਡੀ ਮਾਰਕੀਟ ਹੈ, ਜੇ ਤੁਹਾਨੂੰ ਅੰਤਰਿਕ ਸੁਰੱਕਸ਼ਾ ਦੀ ਗੱਲ ਹੈ, ਹਵਾਈ ਜਹਾਜ਼ ਭੇਜੋ, ਹਵਾਈ ਜਹਾਜ਼। ਜਦੋਂ ਮੈਂ MP ਹੁੰਦਾ, ਮੈਂ ਪ੍ਰਫੁੱਲ ਪਟੇਲ ਦੇ ਅੱਗੇ ਕਾਲੇ ਕੱਪੜੇ ਪਾ ਕੇ ਲੇਟ ਗਿਆ ਸੀ, ਉਹ ਕਹਿੰਦਾ ਕੀ ਚਾਹੀਦਾ? ਮੈਂ ਏਅਰਪੋਰਟ 'ਤੇ ਹਜ਼ਾਰਾਂ ਏਕੜ ਕੌਮਾਂਤਰੀ ਹਵਾਈ ਅੱਡਿਆਂ ਦੇ ਲਈ ਥਾਂ ਲੁੱਟ ਲਈ, ਅਕਵਾਇਰ ਕਰ ਲਈ, ਤੇ ਕੌਮਾਂਤਰੀ ਜਹਾਜ਼ ਫਲਾਈਟਾਂ ਹੈ, ਗੇਹੂੰ ਖੇਤ ਮੇਂ ਬੇਟਾ ਪੇਟ ਮੇਂ ਪੁੱਤਰ ਵਿਆਹ ਦੀ ਤਿਆਰੀ ਕਰੋ। ਮੈਂ ਲਿਓ ਤੁਹਾਡੇ ਗੋਲੀ ਮਾਰੀ, ਰਾਮ ਨੂੰ ਲੱਗੀ ਕਨਸ਼ਾਮ ਨੂੰ ਮਰ ਗਿਆ ਤਿਵਾੜੀ, ਠੋਕੋ ਤਾੜੀ। ਹੈਂ, ਉਹ ਕਰਦੇ ਕੀ ਹੋ? ਜਾਂ ਤਾਂ ਤੁਸੀਂ ਇਹ ਦੱਸੋ ਵੀ ਮੁਲਕ ਨੂੰ ਏਦਾਂ ਸਵਾਰਨਾ। ਮੈਂ ਤੁਹਾਨੂੰ ਕਹਿੰਦਾ ਟਕਾ ਕੇ ਵੀ ਆਪਣੀਆਂ ਚੀਜ਼ਾਂ ਚੋਰੀ ਲੋਕ ਦਿਓ, ਤੂੰ ਕਹਿੰਦਾ ਸੀ, ਮੈਂ ਕਹਿੰਦਾ 12,000 ਲੈ ਅੱਜ ਮੈਂ ਭਗਵੰਤ, ਤੂੰ ਕਰ ਰਹੇ ਤੇ ਮੈਂ, ਜੇ ਤੂੰ ਮੈਨੂੰ ਕਹੇਗਾ ਨਾ, ਮੈਂ ਤੇਰੀ ਜੈ ਜੈਕਾਰ ਕਰਨ ਨੂੰ ਕਹੇ। ਇਹ ਨਹੀਂ ਕਹਿ ਸਕਦਾ ਛੋਟੇ ਵੀਰ ਮੈਂ ਤੈਨੂੰ ਇਹ ਦੱਸਣ ਨਹੀਂ ਗਏ ਸੀ, ਅੱਛਾ ਭਾਈ ਲੋਕਾਂ ਦਾ ਫਰਵਾ, ਸਾਡੀ 75-25 ਸੀ ਬੜਿਆਂ ਦੀ, ਠੀਕ ਹੈ, ਤੇ ਲੋਕਾਂ ਨੇ ਬਦਲਤੇ, ਸਵੀਕਾਰ ਲੈ ਮੇਰੇ ਛੋਟੇ ਵੀਰ, ਆ ਫੜ ਇਹ ਪੌੜੀ ਵੱਟ ਕਰ ਦੂ, ਵੱਟ ਆਪਣੇ ਨਿਕਲੇ ਪਏ, ਵੱਟ ਆਪਣੇ ਨਿਕਲੇ ਪਏ। 21,000 ਦੀ ਟਰਾਲੀ ਕੇਵਲ ਉਸੇ ਬੰਦੇ ਕੋਲ, ਹੈਂਜੀ, ਤੁਸੀਂ ਦੇਖੋ 2,500 ਕਰੋੜ ਰੁਪਇਆ ਹੁਣ ਫਿਰ ਕਰਜ਼ਾ ਲੈ ਲਿਆ, ਇੱਕ ਸਾਲ ਦੇ ਵਿੱਚ 40,000 ਕਰੋੜ ਕਰਜ਼ਾ ਲੈਂਦੇ ਆ, ਉਹ ਅਕਾਲੀ 15 ਕਾਂਗਰਸ ਵੀ ਮੋੜੂ ਕੌਣ? ਮੇਰੇ ਵੀਰੋ, ਮੈਂ ਤੁਹਾਨੂੰ ਇੰਨਾ ਹੀ ਕਹਿੰਦਾ ਕਿ ਜਾਂ ਤੇ ਨੀਤੀਆਂ ਬਣਵਾ ਲਓ, ਸਰਕਾਰਾਂ ਨੂੰ ਗੋਡੇ ਥੱਲੇ ਦੇ ਲਓ, ਕਿਸੇ ਇੱਕ ਇਮਾਨਦਾਰ ਵੱਲ ਤੁਰ ਕੇ ਨੀਤੀਗਤ ਸ਼ਾਸਤਰ ਦਾ ਪਹਿਰਾ ਦੇ ਲਓ। ਦੇਖੋ ਜਿਹੜੇ ਲੋਕ ਜੀਨੀਅਸ ਬੰਦੇ ਹੁੰਦੇ ਨਾ, ਲੋਕ ਉਹਨਾਂ ਦੀ ਪ੍ਰਸ਼ੰਸਾ ਕਰਦੇ ਆ,
ਜਿਹਨਾਂ ਕੋਲ ਤਾਕਤ ਹੁੰਦੀ ਹੈ ਲੋਕ ਡਰਦੇ ਆ ਵੀ ਕਿਤੇ ਅੰਦਰ ਨਾ ਦਵਾ ਦੇ ਮੇਰੇ ਤੇ ਪਰਚਾ ਨਾ ਦਵਾ ਦੇ, ਲੇਕਿਨ ਵਿਸ਼ਵਾਸ ਔਰ ਭਰੋਸਾ ਉਸੇ ਤੇ ਹੁੰਦਾ ਮਿੱਤਰ ਪਿਆਰੇ ਜਿਹਦੇ ਕੋਲ ਕਿਰਦਾਰ ਹੁੰਦਾ। ਕਿਰਦਾਰ ਕਿਰਦਾਰ ਦੇਖੋ, ਕਿਰਦਾਰ ਬਣਨ ਨੂੰ 2 ਸਾਲ ਨਹੀਂ ਲੱਗਦੇ, 20 ਸਾਲ ਲੱਗਦੇ ਆ ਕਿਰਦਾਰ ਬਣਨ ਨੂੰ, ਸਮਝੋ ਨਹੀਂ ਭਾਈ। ਜਦੋਂ ਉੱਧਰ ਗਏ ਸੀ ਇਹ ਬਾਰਡਰ ਪਾਰ, ਇੱਕ ਭੇਡੂ ਲਿਆਇਆ ਸੀ, ਦੂਜਾ ਸੁਲਤਾਨ ਘੋੜੇ ਤੇ ਪਤਾ ਨਹੀਂ ਕਿਹਨੂੰ ਚੜਾ ਕੇ ਲਿਆਇਆ ਸੀ, ਯਾਦ ਹੈ? ਤੇ ਗੁਰੂ ਨੇ ਸਾਨੂੰ ਭੇਜਿਆ ਉੱਧਰ ਤੇ ਲਗਾ ਕੇ ਲਾ ਕੇ ਲਿਆਏ। ਤੇ ਫਿਰ ਤੁਸੀਂ ਆਪਣੀ ਲਕੀਰ ਵੱਡੀ ਕਰੋ ਨਾ, ਤੁਸੀਂ ਇਹਨਾਂ ਵਰਕਰਾਂ ਨੂੰ ਇਹਨਾਂ ਮਣੀਆਂ ਨੂੰ ਚੁੱਕ ਕੇ ਪੰਜਾਬ ਦੇ ਮੁਕੜ ਤੇ ਲਾਓ ਨਾ। ਵਰਕਰ ਕੀ ਚਾਹੁੰਦਾ? ਥਾਪੜਾ ਚਾਹੁੰਦਾ, ਇੱਜ਼ਤ ਚਾਹੁੰਦਾ, ਮਾਨ ਚਾਹੁੰਦਾ, ਸਨਮਾਨ ਚਾਹੁੰਦਾ। ਮੇਰਾ ਨਾਮ ਲੈ ਕੇ ਮੇਰਾ ਲੀਡਰ ਮੇਰੇ ਨਾਲ ਗੱਲ ਕਰਿਓ, ਕਾਂਗਰਸ ਉਦੋਂ ਉੱਠੂ ਜਦੋਂ ਕਾਂਗਰਸ ਦਾ ਵਰਕਰ ਗਲੀਆਂ ਚ, ਮਹੱਲਿਆਂ ਚ, ਚਾਲਾਂ ਚ, ਚਾਲੀਆਂ ਦੁਕਾਨਾਂ ਦੇ ਉੱਤੇ, ਪਰੌਂਠਿਆਂ ਦੀਆਂ ਖਾਲੀਆਂ ਦੇ ਉੱਤੇ ਪੰਜ ਪੰਜ ਖੜ ਕੇ ਕਹਿਣਗੇ, ਸਾਡਾ ਲੀਡਰ ਤੁਹਾਡੇ ਨਾਲੋਂ ਇਮਾਨਦਾਰ ਆ, ਉਹ ਬੜੋ ਇਹ ਟੱਕਰ ਨੂੰ ਭੱਜੋ ਇੱਥੋਂ, ਸਾਡਾ ਲੀਡਰ ਤੁਹਾਡੇ ਨਾਲੋਂ ਇਮਾਨਦਾਰ ਹੈ, ਸਾਡੀਆਂ ਨੀਤੀਆਂ ਤੁਹਾਡੇ ਨਾਲ ਕਰਦੀਆਂ ਨੇ। ਤੇ ਜੇ 80-20 ਚ ਵੀ ਗਿਆ ਸਰ ਗਿਆ, ਕਿਰਦਾਰ ਸਮਝੌਤੇ ਨਾਲ ਗਿਰ ਜਾਂਦਾ। ਮੈਂ ਅੱਜ ਤੁਹਾਨੂੰ ਆਸ਼ਵਾਸਨ ਦਵਾਉਣਾ, ਕੋਈ ਹੋਮਾ ਨਹੀਂ ਉੱਥੇ ਜਾ ਕੇ ਜਦੋਂ ਕਰਤਾਰਪੁਰ ਸਾਹਿਬ ਖੁੱਲਿਆ ਸੀ, ਮੈਂ ਕਿਹਾ ਸੀਗਾ ਮੇਰੀ ਮੈਂ ਮੁੱਕੀ, ਫਿਰ ਤੂੰ ਜਿੱਥੇ ਮੇਰੀ ਮੈਂ ਉੱਥੇ ਨਹੀਂ ਹੈ ਤੂੰ, ਮੈਂ ਆਪਣੀ ਮੈਂ ਥੱਲੇ ਸਿੱਟਾਂ, ਘਰ ਕਰ ਜਾਊ, ਜਿਹੜੇ ਵਰਕਰ ਨਾਰਾਜ਼ ਨੇ ਸੁੱਤਿਆਂ ਨੂੰ ਖਾਊ, ਇੱਜ਼ਤ ਪਾਊ, 100 ਹੋਵੇ, 200 ਹੋਵੇ, 1000 ਹੋਵੇ, ਮੇਰਾ ਕੁਛ ਨਹੀਂ ਘਟਦਾ, ਅਰਸ ਜਗਾਊ ਗੁਰੂ ਦੇ ਫਲਸਫੇ ਦੀ ਅਰਸ ਜਗਾਊ। ਤੇ ਮੈਂ ਅੱਜ ਫਿਰ ਤੁਹਾਡੇ ਕੋਲ ਕਹਿ ਕੇ ਚੱਲਿਆ ਕਿ ਜਿਹੜੀਆਂ GST ਤੋਂ ਬਾਹਰ 5 ਚੀਜ਼ਾਂ ਨੇ, ਉਹ ਅਗਰ ਪੰਜਾਬ ਦੇ ਖਜ਼ਾਨੇ ਜਾਂਦੀਆਂ ਨੇ ਤਾਂ ਡਬਲ ਹੁੰਦੀਆਂ ਨੇ, ਡਬਲ। ਤੇ ਜੇ ਕਰਜ਼ਿਆਂ ਨਾਲ ਪੰਜਾਬੀ ਚਲਾਉਂਦੇ ਆ ਤੇ ਫਿਰ ਪੰਜਾਬੀ ਸੂਬਾ ਰਹਿਣ ਵਾਲੀ ਹੈ। ਮੈਂ ਤੁਹਾਨੂੰ ਅੱਜ ਦੱਸ ਰਿਹਾ, ਇਹ ਕਹਿੰਦੇ ਅਸਾਮੀਆਂ ਤੇ ਨੌਕਰੀਆਂ, ਉਹ ਮਿੱਤਰ ਪਿਆਰੇ ਮੈਂ ਟਕਾ ਕੇ ਕਹਿ ਰਿਹਾ ਕਿ ਜਿਹੜੀ ਇਰੀਗੇਸ਼ਨ ਡਿਪਾਰਟਮੈਂਟ ਦੀ ਅਸਾਮੀ ਸੀ ਉਹ 16,000, ਇਹਨਾਂ ਨੇ 8,000 ਕਰਤੀ, ਕਹਿੰਦੇ ਲੋੜ ਹੀ ਹੈ, ਚਲੋ ਪੈਸੇ ਹੈ ਨੀ, ਤਨਖਾਹ ਕਿੱਥੋਂ ਦਿਓਗੇ? ਅੱਜ ਸਵੇਰੇ PSPCL ਵਾਲੇ ਜਿਹੜੀ ਬਿਜਲੀ ਫੀਸ ਦਿੱਤੀ ਹੈ ਪਿਓ ਵਾਲੀ, ਤੇ ਆ ਪਠਾਨਾ ਜਿਹੜਾ ਥਰਮਲ ਪਲਾਂਟ ਖਰੀਦਿਆ ਚਿੱਟਾ ਹਾਥੀ, 8-7,000 ਕਰੋੜ ਰੁਪਏ ਦੇ ਕਰ ਦਿਆ, ਉਹ ਚੀਕਾਂ ਮਾਰਦਾ ਨਾ ਚੀਮਾ ਸਾਹਿਬ, ਉਹ ਜਿਹੜੀ ਅੱਛੀ ਨਾ ਹੋ ਗਈ ਠਕੱਕ ਦੇਣੇ, ਆ ਜਿਹੜੇ PPA ਨੇ ਕੈਂਸਰ, 24 ਘੰਟੇ ਬਿਜਲੀ, 21 ਰੁਪਏ ਮਿਲਦੀ ਜਾਂਦੇ ਮਾਰਕੀਟ ਚੋਂ, ਜਿਹੜੀ 3 ਰੁਪਏ ਮਿਲਦੀ ਹੈ, ਤੇ ਤੁਹਾਨੂੰ ਕਿਹੜੀ ਫ੍ਰੀ ਦਿੰਦੀ ਵਾਲਾ? ਮੈਂ ਸਭ ਤੋਂ ਆਸਾਨ ਕੰਮ ਆਉਣਾ ਕਹਿੰਦਾ 20,000 ਕਰੋੜ ਦਾ ਕਰਜ਼ਾ ਦੇ ਦਿਓ, ਲੋਕ ਪੰਜਾਬੀ ਤੁਹਾਨੂੰ ਦੇਤਾ ਹੋਵੇ, 2-2 ਸਾਲ ਬਾਅਦ 25,000 ਕਰੋੜ ਮੋੜ ਦਿਓ, ਭਾਓ ਤੇਰੀ ਮੈਂ ਸਮੇਤ ਕੇ ਘੋੜੀ ਲਿਆਉਂਦੀ ਦੁੱਧ ਪਿਓ ਗਿਆ ਤੇ ਚੁੱਕਣੀ ਹੋਈ ਲੋਕੋ, ਇਹ ਇਹਨਾਂ ਦੀ ਆਰਥਿਕ ਵਿਵਸਥਾ। ਤੈਂ ਕਿਹਾ ਸੀ ਕਿਸੇ ਨੂੰ ਜਦੋਂ ਤੂੰ ਕਿਹਾ ਸੀ ਵੀ ਬਿਜਲੀ ਫ੍ਰੀ ਦਿਆਂਗੇ ਵੀ ਕਰਜ਼ਾ ਲੱਗੇ ਦਿਆਂਗੇ, ਤੈਂ ਕਿਹਾ ਸੀ ਵੀ ਜਵਾਬ ਜੰਮੂ ਪੰਜਾਬ ਦਾ 1,20,000 ਕਰੋੜ ਰੁਪਈਆ ਦੇ ਕਰਜ਼ਾ ਹੋਊ, ਉਹਦੇ ਮਾਂ ਬਾਪ ਹੋਣਗੇ, ਉਹ ਖੇਤੀ ਖੜੀ ਕਰਨੀ ਆ ਤੇ 5-6 ਲੱਖ ਕਿਹੜੀ ਆ ਖੇਤੀ ਖੜੀ ਕਰਦੀ? ਇੱਕ ਬੀਬੀ ਸੀ, ਕੀ ਨਾਮ ਦਾ, ਬੜੀ ਸਰਕਾਰ ਦੀ ਅਨਮੋਲ ਗੱਲ, ਸੀਸ ਲਹਾ ਦਿਓਗੇ 17 ਫਸਲਾਂ ਦੇ ਉੱਤੇ MSP ਹੋ ਯਾਰ, ਝੂਠ ਬੋਲਿਆ ਟੀਕੀ ਲਾਵੇ, ਇੱਕ ਦਿਨ ਦਿੱਤੀ ਤੇ ਸੀਸ ਹੋ ਜਾਂਦਾ ਉੱਤੇ ਹੀ। ਉਹ ਭਾਈ ਉਹਨਾਂ ਦੀਆਂ ਗੱਲਾਂ ਨਾ ਕਰੋ ਜਿਹਨਾਂ ਨੇ ਬੰਦ ਕਟਵਾਏ, ਖੋਪੜੀਆਂ ਲਹਾਈਆਂ, ਆਰੇ ਨਾਲ ਚਲਾਏ ਗਏ, ਪਰ ਧਰਮ ਨਹੀਂ ਹਰਿਆ, ਨੀਤੀ ਨਿਆ ਇਹ ਨਾਮ ਦੀ ਚੀਜ਼ ਹੈ ਕੋਈ? ਜਾਓ ਟੋਂਕੇ ਸਾਹਿਬ ਦੀ ਗੱਲ ਦੇਖ ਲਓ, ਜਦੋਂ ਦਰਬਾਰ ਸਾਹਿਬ ਦੇ ਉੱਤੇ ਸਭ ਤੋਂ ਵੱਡਾ ਗੁਰੂ ਦੇ ਨਾਲ ਬੇਇਨਸਾਫੀ ਹੋਈ, ਮਿੱਤਰ ਪਿਆਰਿਓ 5 ਸਾਲ
ਪੰਜ ਸਾਲ ਤੋਂ ਬਾਅਦ ਮੁੱਖ ਦਿੱਤਾ, 5 ਸਾਲ ਉਹਦੀ ਬਾਂਹ ਮਰੋੜ ਤੋਂ ਵੋਟਾਂ ਲੈਂਦੇ ਨੇ। ਇਸ ਦੌਰਾਨ ਪੰਜਾਬ ਦੋਵੇਂ ਹੱਥ ਖੜੇ ਕਰੋ ਮਿੱਤਰ, ਕਹਿ ਰਹੇ ਦੋਵੇਂ ਹੱਥ ਖੜੇ, ਮੇਰਾ ਆਖਰੀ ਹੋ ਗਿਆ, ਦੋਵੇਂ ਹੱਥ ਖੜੇ ਹੋ ਜਾਓ, ਸਾਰੇ ਖੜੇ ਹੋ ਜਾਓ ਮਿੱਤਰ, ਸਾਰੇ ਖੜੇ ਹੋ ਜਾਓ, ਖੜੇ ਹੋ ਜਾਓ ਸਾਰੇ ਖੜੇ ਖੜੇ।